जी कुलविंदर कौर। कुलविंदर कौर जी की कहना चाहोगे अज तुहाडे पिंड दा नाम जिहड़ा वा अमृतपाल जी ने रोशन किया अज दस्तारबंदी की जा रही है की कहना चाहोगे? बड़ी माण वाली गल साडा बच्चा एली ते तुरिया नाल होरना नूं भी तुरूगा साडे वास्ते बड़ी माण वाली गल। किस तरह का सुभा ही अमृतपाल जी का? बहुत निम्रता भरिया सुभा। पिंड दे विच रहण सहण किस तरह का? वधिया रहण सहण। ਤੁਸੀਂ ਕੀ ਲੱਗਦੇ ਜੀ ਉਹਨਾਂ ਦੇ? ਮੈਂ ਉਹਦੀ ਚਾਚੀ ਲੱਗਦੀ। ਵਧੀਆ ਵਰਤਾ ਸਾਡੇ ਬੱਚਿਆਂ ਨਾਲ ਪੜ੍ਹੇ ਇਕੱਠੇ ਪੜ੍ਹੇ ਬਹੁਤ ਵਧੀਆ ਬੱਚਾ ਹੋਣਹਾਰ। ਬਹੁਤ ਖੁਸ਼ੀ ਵਾਲੀ ਗੱਲ ਅਸੀਂ ਸਵੇਰ ਦੀ ਉਹਦੀ ਲਾਈਵ ਪ੍ਰੋਗਰਾਮ ਵੇਖਣ ਡਿਆ ਜਾ ਨਹੀਂ ਸਕੇ ਕਿਸੇ ਕਾਰਨ ਕਰਕੇ ਘਰ ਹੀ ਸਾਰਾ ਪ੍ਰੋਗਰਾਮ ਵੇਖਿਆ। ਬੜੀ ਖੁਸ਼ੀ ਵਾਲੀ ਗੱਲ ਸਾਡਾ ਬੱਚਾ ਵਧੀਆ ਨਾਮ ਕਮਾਇਆ। ਜਿੰਨੀ ਮੈਨੂੰ ਖੁਸ਼ੀ ਹੋ ਰਹੀ ਹੈ ਨਾ ਮੈਂ ਇਸ ਚੀਜ਼ ਦੇ ਕਾਬਲ ਨਹੀਂ ਸਾਂ ਜੋ ਕੁਛ ਮਾਲਕ ਨੇ ਮੇਰੇ 'ਤੇ ਕਿਰਪਾ ਕੀਤੀ। ਉਹ ਪੁੱਤ ਕੋਈ ਇਹੋ ਜਿਹੀ ਵਰਤਾਵ ਵਾਲੀ ਤਾਂ ਤੁਸੀਂ ਗੱਲ ਹੀ ਨਾ ਸਮਝੋ। ਉਹਨਾਂ ਦੇ ਰੁਪਏਵਾਂ ਦੀ ਕੋਈ ਕੀਮਤ ਨਹੀਂ ਇਹ ਗੱਲ ਦੀ। ਪੁੱਤਾਂ ਦਾ ਵੀ ਕੋਈ ਮੁੱਲ ਨਹੀਂ ਹੈਗਾ ਮੇਰੇ ਕੋਈ ਕਿਸੇ ਮੇਰਿਆਂ ਪੁੱਤਾਂ ਦੀ ਕੋਈ ਜੋਤੀ ਨਹੀਂ ਕਿਸੇ ਦੇ ਨਾਲ ਮੇਰਿਆਂ ਪੁੱਤਾਂ ਦਾ ਕੋਈ ਕਾਰ ਵਿਹਾਰ ਨਹੀਂ ਗਾ। ਛੋਟੇ ਛੋਟੇ ਪੜ੍ਹਦੇ ਸੀ ਤਾਂ ਛੋਟੇ ਮੇਰੇ ਡੱਬੇ ਚਲੇ ਗਏ। ਫਿਰ ਕੋਈ ਇਹ ਤੁਹਾਨੂੰ ਲੋਕ ਹੀ ਦੱਸ ਦੇਣਗੇ ਮੈਂ ਕੀ ਪੁੱਤ ਦੱਸਣਾ। ਮੈਨੂੰ ਤਾਂ ਜਿੰਨਾ ਖੁਸ਼ੀ ਮੇਰਾ ਉਹਨਾਂ ਸਰੀਰ ਨਹੀਂ ਗਾ ਜਿੰਨੀ ਮੈਨੂੰ ਖੁਸ਼ੀ ਹੈ। ਵੈਸੇ ਜਿੰਨੀ ਮੈਨੂੰ ਖੁਸ਼ੀ ਮੇਰਾ ਮੇਰੇ ਪੁੱਤ ਨੇ ਦਾਦੀ ਬਾਬੇ ਦਾ ਨਾਂ ਦੁਨੀਆਂ 'ਤੇ ਉੱਚਾ ਕਰ ਦਿੱਤਾ ਹੋਰ ਇਹ ਤੋਂ ਵੱਧ ਕੀ ਖੁਸ਼ੀ ਹੋਣੀ। ਆਊਗਾ ਪੁੱਤ ਗੋਡੀਆਂ ਥਲਾਊਗਾ ਜੱਫੀਆਂ ਪਾਊਗਾ ਸਵਾਗਤ ਇਹਨੂੰ ਵੱਧ ਮੰਨਿਆ ਹੋਰ ਕੀ ਹੋ ਸਕਦਾ। ਉਹ ਆਪਣੀਆਂ ਚਾਚੀਆਂ ਤਾਈਆਂ ਨੂੰ ਜੱਫੀਆਂ ਪਾ ਕੇ ਮਿਲਦਾ ਸਾਰਿਆਂ ਸੱਜਣਾ ਮਿੱਤਰਾਂ ਦੇ ਨਾਲ ਹੀ ਉਹ ਚੰਗੀ ਸੋਹਣੀ ਮਤਲਬ ਪਈ ਗੱਲਬਾਤ ਕਰਦਾ। ਕੋਈ ਇਹੋ ਜਿਹੀ ਗੱਲ ਨਹੀਂ ਪਈ ਕੋਈ ਮਜਾਜ ਵਾਲੀ ਜਾਂ ਕੋਈ ਮਤਲਬ ਪਈ ਹੰਕਾਰ ਵਾਲੀ ਇਹੋ ਜਿਹੀ ਕੋਈ ਗੱਲ ਨਹੀਂ। ਸਾਡੇ ਪਰਿਵਾਰ 'ਚ ਨਹੀਂ ਪੁੱਤ ਇਸ ਤਰ੍ਹਾਂ ਦਾ ਕੋਈ ਹੈਗਾ ਸਾਹਿਬ।